ਇਹ ਤਸਵੀਰਾਂ ਉਸ ਫੌਜੀ ਜਵਾਨ ਦੇ ਪਰਿਵਾਰ ਦੀਆਂ ਨੇ ਜਿਸ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪਿਆ, ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਇਲਾਜ ਦੌਰਾਨ ਫੌਜੀ ਨੇ ਦਮ ਤੋੜ ਦਿੱਤਾ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਬੇਹੱਦ ਗਮਗੀਨ ਮਾਹੌਲ ਦੇ ਵਿੱਚ ਫੌਜੀ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ CRP ਦੇ ਥਾਣੇਦਾਰ ਕਰਮਜੀਤ ਸਿੰਘ, ਜਿਨ੍ਹਾਂ ਦੀ ਉਮਰ 52 ਸਾਲ ਸੀ, ਇਲੈਕਸ਼ਨ ਡਿਊਟੀ ਤੇ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਚ ਗਏ ਸੀ, ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਹਾਲਤ ਵਿਗੜਨ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। ਸ਼ਮਸ਼ਾਨ ਘਾਟ ਦੇ ਵਿੱਚ ਪਰਿਵਾਰ ਵੀ ਧਾਹਾਂ ਮਾਰ ਮਾਰ ਕੇ ਰੋਇਆ ਤੇ ਬੜੀਆਂ ਹੀ ਨਮੱਖਾਂ ਦੇ ਨਾਲ, ਦੁਖੀ ਹਿਰਦਿਆਂ ਦੇ ਨਾਲ ਇਸ ਫੌਜੀ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ। ਫੌਜੀ ਜਵਾਨ ਦੀ ਚਿਖਾ ਨੂੰ ਅੱਗ ਉਹਨਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਵੱਲੋਂ ਦਿੱਤੀ ਗਈ। CRP 13 ਬਟਾਲੀਅਨ ਚੰਡੀਗੜ੍ਹ ਫੌਜ ਦੇ ਅਧਿਕਾਰੀਆਂ ਵੱਲੋਂ ਫੌਜੀ ਜਵਾਨ ਨੂੰ ਸਲਾਮੀ ਦਿੱਤੀ ਗਈ ਤੇ ਅੰਤਿਮ ਵਿਦਾਈ ਦਿੱਤੀ ਗਈ ਹੈ। ਉਹਨਾਂ ਨਾਲ ਜੀ ਕਰਮ ਸਿੰਘ, ਮੇਰੇ ਛੋਟੇ ਭਰਾ ਨੇ ਜੀ, ਤੇ CRP ਡਿਊਟੀ ਕਰਦੇ ਸੀ ਤੇ ਜੁੰਟ ਦੇ ਉਹਨਾਂ ਦੀ ਆਹ ਚੰਡੀਗੜ੍ਹ ਆ, ਪਰ ਉਹ ਲਕਸ਼ਣ ਡਿਊਟੀ ਵਾਸਤੇ ਜੈਪੁਰ ਗਏ, ਰਾਜਸਥਾਨ 'ਚ ਗਏ ਹੋਏ। ਉੱਥੇ ਉਹਨਾਂ ਨੂੰ ਅਟੈਕ ਆ ਗਿਆ, ਅਟੈਕ ਆਉਣ ਦੇ ਕਾਰਨ ਮੌਕੇ 'ਤੇ ਮੌਤ ਹੋ ਗਈ ਉਹਨਾਂ ਦੀ। ਪਰਿਵਾਰ ਦੇ ਪਿੱਛੇ ਕੌਣ ਕੌਣ ਹੈ? ਪਰਿਵਾਰ ਦੇ ਪਿੱਛੇ ਉਹਨਾਂ ਦੀ ਗੁੱਡੀ ਆ, ਇਹਦੇ ਕਾਕਾ ਵਾ, ਕਾਕਾ ਤਾਂ ਬਾਹਰ ਆ ਹਲੇ ਇਟਲੀ ਆ ਜੀ, ਅਤੇ ਗੁੱਡੀ ਛੋਟੀ ਆ ਜੀ। ਕਿੰਨੀ ਏਜ ਕਿੰਨੀ ਇਹਨਾਂ ਦੀ? ਉਹਨਾਂ ਦੀ 53 ਸਾਲ ਆ ਜੀ। ਹਾਂਜੀ ਠੀਕ ਹੈ। ਅਤੇ ਸਰ ਜੋ ਨਾਲ ਦੇ ਅਧਿਕਾਰੀ ਆ, ਜੋ ਉਹ ਆਏ ਨੇ ਤਾਂ ਪਹੁੰਚੇ ਨੇ? ਬਿਲਕੁਲ ਪਹੁੰਚਿਆ ਜੀ, ਉਹਨਾਂ ਕੇ ਸੋ ਸਰਕਾਰੀ ਸਮਾਨ ਉਹਨਾਂ ਨੂੰ ਸਮਾਨ ਕੀਤਾ ਗਿਆ ਜੀ। ਕਿਹੜਾ ਸਰ, ਕਿਹੜਾ ਪਿੰਡ? ਕਿਹੜਾ ਜੀ? ਪਿੰਡ ਮਛਰਾਲਾ ਜੀ। ਪੰਜਾਬ ਬਟਾਲੀਅਨ ਇਲੈਕਸ਼ਨ ਡਿਊਟੀ ਕੇ ਲਈ ਡਿਟੇਲ ਕੀ ਗਈ ਸੀ, ਜਿਹਦੇ ਵਿੱਚ ਕਰਮ ਸਿੰਘ ਨੂੰ ਡੈਟ ਹੈੱਡਕੁਆਟਰ ਦੀ ਡਿਊਟੀ ਲਈ ਤੈਨਾਤ ਕੀਤਾ ਗਿਆ ਸੀ। ਉੱਥੇ ਪਹੁੰਚਣ ਤੋਂ ਬਾਅਦ ਕਰਮ ਸਿੰਘ 5:30 ਇਸ਼ਨਾਨ ਕਰਨ ਲਈ ਗਿਆ। ਆਪਣਾ ਇਸ਼ਨਾਨ ਕਰਦੇ ਕਰਦੇ ਇਹਨੂੰ ਸਾਇਲੈਂਟ ਅਟੈਕ ਆਇਆ। ਕੁਛ ਜਵਾਨਾਂ ਨੇ ਸਮਝਿਆ ਕਿ ਪਾਉਂ ਫਿਸਲਣ ਦੇ ਨਾਲ ਡਿੱਗ ਪਿਆ। ਬਾਅਦ ਵਿੱਚ ਜਦ ਪਤਾ ਚੱਲਾ ਤਾਂ ਇਹਨੂੰ ਹਾਰਟ ਦੀ ਟੈਬਲੇਟ ਦਿੱਤੀ ਗਈ, ਭੱਜ ਕੇ ਲਿਆ ਕੇ ਜਵਾਨ ਨੇ। ਟੈਬਲੇਟ ਦੇਣ ਤੋਂ ਬਾਅਦ ਹੌਸਪੀਟਲ ਤੁਰੰਤ ਲਿਜਾਇਆ ਗਿਆ। ਹੌਸਪੀਟਲ ਵਾਲਿਆਂ ਨੇ ਇਹਦਾ ਜੋ ਆਪਣਾ ਫਸਟ ਏਡ ਕਰਕੇ, ਪ੍ਰਾਇਮਰੀ ਫਸਟ ਏਡ ਕਰਕੇ ਅੱਗੇ ਲਈ ਰੈਫਰ ਕਰ ਦਿੱਤਾ, ਜੈਪੁਰ ਲਈ ਰੈਫਰ ਕੀਤਾ। ਜੈਪੁਰ ਰੈਫਰ ਕੀਤਾ, ਉੱਥੇ ਗਿਆ, ਬਹੁਤ ਵਧੀਆ ਇਹਨੇ ਗੱਲਬਾਤ ਕੀਤੀ, ਸਭ ਕੁਛ ਕੀਤਾ, ਆਪਣੀ ਡਿਊਟੀ ਵੀ ਬਹੁਤ ਵਧੀਆ ਨਿਭਾਉਂਦਾ ਸੀ ਅਤੇ ਇਹਦਾ ਬਿਹੇਵ ਵੀ ਬਹੁਤ ਅੱਛਾ ਸੀ। ਉੱਥੇ ਜਾਂਦੇ ਹੀ ਇਹਦਾ ਟ੍ਰੀਟਮੈਂਟ ਸ਼ੁਰੂ ਹੋਇਆ। ਟ੍ਰੀਟਮੈਂਟ ਸ਼ੁਰੂ ਹੋਣੇ ਦੇ ਬਾਵਜੂਦ ਵੀ ਇਹਨੂੰ ਫਿਰ ਦੁਬਾਰਾ ਸਾਇਲੈਂਟ ਅਟੈਕ ਆਇਆ, ਜਿਸ ਦੀ ਵਜ੍ਹਾ ਨਾਲ ਇਹਨਾਂ ਦੀ ਡੈਥ ਹੋ ਗਈ। ਇਲੈਕਸ਼ਨ ਡਿਊਟੀ ਰਾਜਸਥਾਨ ਡਿਸਟ੍ਰਿਕਟ ਦੋਸਾ ਪੁਲਿਸ ਸਟੇਸ਼ਨ ਮਾਵਾ ਮੇਂ ਕਮ ਸੇ ਕਮ 52 1970 ਕਾ ਇਸਕਾ ਜਨਮ ਦਿਨ। ਬੱਚੇ ਇਸਕੇ 3 ਬੱਚੇ ਹੈ। ਬਿਲਕੁਲ ਸਰਕਾਰੀ ਸਨਮਾਨ ਕੇ ਸਾਥ ਇਨਕਾ ਸੰਸਕਾਰ ਕੀਆ ਗਿਆ ਹੈ, ਸਲਾਮੀ ਦੀ ਗਈ ਹੈ। ਪੂਰਾ ਆਪਣਾ ਗਵਰਨਮੈਂਟ ਨੇ ਆਪਣਾ ਜੋ ਵੀ ਹੈ ਇਨਕੋ ਆਪਣਾ ਆਪਣੀ ਤਰਫ ਸੇ ਪੂਰਾ ਸਹਿਯੋਗ ਦਿਆ ਗਿਆ ਹੈ ਔਰ ਪਰਿਵਾਰ ਕੋ ਬਹੁਤ ਸਹਾਨੁਭੂਤੀ ਕੇ ਲਈ ਰਹਿਣੇ ਕੇ ਲਈ ਪ੍ਰੇਰਣਾ ਦੀ ਗਈ। ਫਾਦਰ ਸਾਹਿਬ ਸੀ ਸਰਦਾਰ ਕਰਮ ਸਿੰਘ, ਬੜੇ ਚੰਗੇ ਇਨਸਾਨ, ਕਦੇ ਸਾਨੂੰ ਕੁਛ ਨਹੀਂ ਕਿਹਾ, ਨਾ ਮੇਰੇ ਵੀਰ ਨੂੰ ਨਾ ਮੈਨੂੰ, ਪੁੱਤਾਂ ਵਾਂਗੂ ਸਾਨੂੰ ਰੱਖਿਆ। ਇਲੈਕਸ਼ਨ 'ਤੇ ਗਏ ਸੀਗੇ ਰਾਜਸਥਾਨ, ਉੱਥੇ ਉਹਨਾਂ ਨੂੰ ਹਾਰਟ ਅਟੈਕ ਆਇਆ। ਹਾਂਜੀ, ਸਰਕਾਰੀ ਸਮਾਨਾਂ ਨਾਲ ਹੋਇਆ ਉਹਨਾਂ ਦਾ, 34 ਸਾਲ ਉਹਨਾਂ ਨੇ ਸਰਵਿਸ ਕੀਤੀ। ਲਾਸਟ ਟਾਈਮ ਮੇਰੀ ਪਰਸੋਂ ਗੱਲ ਹੋਈ ਸੀ ਵੀਡੀਓ ਕਾਲ 'ਤੇ। ਹਾਂਜੀ ਬਿਲਕੁਲ ਠੀਕ ਠਾਕ ਸੀਗੇ। ਕਹਿੰਦੇ ਵੀ ਮੈਂ ਕਿਹਾ ਮੈਂ ਸਾਡਾ ਮੋਟਰਸਾਈਕਲ ਸਟਾਰਟ ਨਹੀਂ ਹੋਣਾ, ਕਹਿੰਦੇ ਮੈਨੂੰ ਤੂੰ ਵੀਡੀਓ ਕਾਲ ਲਾ, ਮੈਂ ਦੱਸਣਾ ਤੈਨੂੰ ਕਿੱਦਾਂ ਹੋਣਾ ਵਾ। ਅਤੇ ਮੈਂ ਗਈ ਬਾਹਰ ਅਤੇ ਮੈਂ ਕਿਹਾ ਦੱਸ ਦਿਓ ਕਿ, ਅਤੇ ਮੈਂ ਕਿਹਾ ਹੁਣ ਹਨੇਰਾ ਬੜਾ। ਕਹਿੰਦੇ ਮੈਨੂੰ ਸਵੇਰੇ ਤੂੰ ਵੀਡੀਓ ਕਾਲ ਲਾਈ, ਮੈਂ ਤੈਨੂੰ ਦੱਸਾਂਗਾ।
ਮੇਰੀ ਗੱਲ ਨਹੀਂ ਹੋਈ। ਬਾਅਦ ਵਿੱਚ ਟੀ ਆਏ ਸੀਗੇ, ਦੋ ਦਿਨ ਦੀ ਪਹਿਲਾਂ ਆਏ ਸੀਗੇ, ਵਿੱਚੋਂ ਸ਼ਨੀਵਾਰ ਐਤਵਾਰ ਆ ਜਾਂਦੇ ਹੁੰਦੇ ਸੀਗੇ। ਪਹਿਲਾਂ ਇੱਕ ਮਹੀਨਾ ਛੁੱਟੀ ਕੱਢ ਕੇ ਗਏ ਸੀਗੇ। ਮੈਨੂੰ ਆਪਣੇ ਪਾਪਾ 'ਤੇ ਬਹੁਤ ਮਾਣ ਆ ਜਿਨ੍ਹਾਂ ਨੇ 34 ਸਾਲ ਇੰਨੀ ਚੰਗੀ ਤਰ੍ਹਾਂ ਨੌਕਰੀ ਕੀਤੀ।